ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰਾਤ ਕੱਲ ਭਰਾ ਜਿਹੜਾ ਸੰਧੂ ਵੀਰ ਦੇ ਘਰੇ ਰੁਕੇ ਸੀਗੇ, ਸੰਧੂ ਸਾਡੇ ਲੈ ਮੋਗੇ ਵਾਲੇ। ਔਰ ਲੈ ਵੀ ਸੰਧੂ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੁਲਾ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ? ਮਿੰਟੂ ਰਾਜਗੜ੍ਹ ਦੇ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਔਰ ਵੀਰੇ ਅੱਜ ਚੱਲੇ ਹਾਂ ਅਸੀਂ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਮੱਲ ਮੋਰੀ, ਔਰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਜੀ ਉਹਨਾਂ ਦੀ ਚਰਨ ਛੂਹ ਧਰਤੀ ਆ, ਤਰਨ ਤਾਰਨ ਦੀ ਧਰਤੀ ਆ। ਔਰ ਬਹੁਤ ਵਧੀਆ ਖੇਡ ਮੇਲਾ ਜਿਹੜਾ ਵੀਰਾਂ ਨੇ ਕਰਵਾਇਆ ਹੋਇਆ ਪਿੰਡ ਪੱਧਰ, ਦੋ ਖਿਡਾਰੀ ਜਿਹੜੇ ਬਾਹਰੋਂ ਨੇ, ਔਰ ਆਪ ਸਭ ਨੇ ਜਿਹੜਾ ਜ਼ਰੂਰ ਆਨੰਦ ਮਾਣਨਾ ਉਸ ਟੂਰਨਾਮੈਂਟ ਦਾ। ਔਰ ਕਹਿ ਦੀਏ ਵੀ ਜੇ ਵਾਲੀਬਾਲ ਦੇ ਵਿੱਚ ਕਿਸੇ ਵੀਰ ਨੇ ਪਹਿਲਾਂ ਲਾਈਵ ਜੇ ਫੇਸਬੁੱਕ 'ਤੇ ਹੋਣ ਲੱਗਿਆ ਅਤੇ ਉਹ ਤੋਂ ਬਾਅਦ ਯੂਟਿਊਬ 'ਤੇ ਹੋਣ ਲੱਗਿਆ, ਮੇਰੇ ਨਾਲ ਭਰਾ ਬੈਠਾ ਸੰਧੂ ਸਰ ਜੀ, ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਯੋਗਾ ਕੀਤਾ ਅਤੇ ਅਸੀਂ ਵਾਲੀਬਾਲ ਦੇ ਵਿੱਚ ਆਏ ਹਾਂ। ਸਭ ਤੋਂ ਭਰਾ ਸਾਡੇ ਧੰਨਵਾਦ ਆ ਸਿੱਪੀ ਆਨੰਦਪੁਰ ਵਾਲੇ ਦਾ, ਉਹ ਭਰਾ ਨੇ ਸਾਨੂੰ ਪਹਿਲੀ ਵਾਰੀ ਮੌਕਾ ਦਿੱਤਾ ਸੀ। ਹਾਂਜੀ ਹਾਂ, ਉਹ ਟੂਰਨਾਮੈਂਟ 'ਤੇ ਅਸੀਂ ਬੋਲੇ, ਉਹ ਤੋਂ ਬਾਅਦ ਦਾਸ ਨੂੰ ਵੀ ਭਰਾ ਨੇ ਜਿਹੜਾ ਇਨਵੋਲਵ ਕੀਤਾ ਵੀ ਖੇਡ ਕ੍ਰਿਕਟ ਦੇ ਨਾਲ ਨਾਲ ਤੂੰ ਰਾਜਗੜ੍ਹੀਆ ਵਾਲੀਬਾਲ ਵੀ ਖੇਡ ਦੇ ਵਿੱਚ ਗੁਣ ਸੀਗਾ, ਇਹ ਵਾਲੀਬਾਲ ਦੇ ਲਈ ਬਣਿਆ ਸੀਗਾ। ਇਹਨੂੰ ਕਿਹਾ ਸੀ ਵੀ ਤੂੰ ਕ੍ਰਿਕਟ ਛੱਡ, ਤੂੰ ਵਾਲੀਬਾਲ ਵਿੱਚ ਆ, ਔਰ ਅੱਜ ਤੁਹਾਨੂੰ ਪਤਾ ਹੀ ਹੈ ਬਾਬੇ ਨਾਨਕ ਦੀ ਕਿਰਪਾ ਕਿੰਨੀ। ਹਾਂ, ਮੇਰ ਨਾਲ ਬਾਕੀ ਸਾਰੀ ਟੀਮ ਬੈਠੀ ਹੈ ਪਿੱਛੇ, ਗੁਰਸੇਵਕ ਬੁਰਜ ਢਿੱਲ ਵਾਲਾ ਭਰਾ ਬੈਠੇ ਆਪਣੇ, ਤੁਸੀਂ ਵੀ ਬਾਏ ਬਾਏ ਕਰ ਦਿਓ ਬਾਈ, ਸਤਿ ਸ੍ਰੀ ਅਕਾਲ। ਔਰ ਬਾਕੀ ਮਿਲਦੇ ਆ ਜ਼ਰੂਰ ਸਾਰੇ ਭਰਾਵਾਂ ਨੂੰ, ਹੈ ਮੱਲ ਮੋਰੀ ਦੀ ਧਰਤੀ 41,000, 31,000 ਔਰ ਤੀਜਾ 11,000 ਹੈ ਨਾ, ਔਰ ਤਿੰਨ ਪ੍ਰਾਈਜ ਨੇ, ਮਾਣ ਸਨਮਾਨ ਵੀ ਉੱਤੋਂ ਬਾਅਦ ਚੜ੍ਹ ਕੇ ਲੱਗਦੇ ਆ। ਇੱਕ ਹੋਰ ਚੀਜ਼ ਆ ਜੀ, ਹੁਣ ਵਾਲੀਬਾਲ ਲੋ ਜੀ ਆਪਾਂ ਪਹੁੰਚਣੇ ਵਾਲਾ ਥੋੜੇ ਟਾਈਮ ਤੱਕ, ਵੈਦਰ ਚੈੱਕ ਕਰੋ ਪੂਰਾ, ਐਨ ਸਰ ਐਂਡ ਲੱਗਿਆ ਹੋਇਆ ਮਾਹੌਲ ਪੂਰਾ, ਐਨ ਗਰਮ ਆ, ਗੱਲਬਾਤ ਪੂਰੀ ਐਨ ਓਕੇ ਹੋ ਜਾਣੀ ਹੈ। ਆਪਾਂ ਆ ਗਏ ਵੀਰੇ ਹਰੀਕੇ ਮੋੜ ਦੇ ਉੱਤੇ, ਲਾਗੀ ਰਹਿ ਗਿਆ ਪਿੰਡ ਬੱਸ ਹੁਣ ਇੱਥੋਂ, ਅਤੇ ਮਿਲਦੇ ਹਾਂ ਜ਼ਰੂਰ ਟੂਰਨਾਮੈਂਟ ਦੇ ਉੱਤੇ। ਲਓ ਜੀ ਆਪਾਂ ਦਰਿਆ 'ਤੇ ਆ ਚੁੱਕੇ ਹਾਂ, ਦੇਖੋ ਕਿੰਨਾ ਸੋਹਣਾ ਵਿਊ ਆ ਉਹ ਸਾਹਮਣੇ, ਹੋਰ ਚੱਲਦਾ ਇੱਧਰੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਦਰਿਆ, ਦੇਖੋ ਕਿਸੇ ਨੂੰ ਕਿਹੜਾ ਦਰਿਆ ਵਾ, ਸਤਲੁਜ ਦਰਿਆ, ਬਹੁਤ ਵੱਡਾ ਪੁਲ ਪੁਲ ਜਿਹੜਾ ਬਣਿਆ ਹੋਇਆ, ਲੈ ਵੀ ਬਿਲਕੁਲ ਬਾਹਰਲੀ ਫੀਲਿੰਗ ਜਿਹੜੀ ਆ ਰਹੀ ਹੈ, ਹੈ ਨਾ, ਮੱਲ ਮੋਰੀ ਦੀ ਧਰਤੀ ਤੇ ਪਹੁੰਚ ਚੁੱਕੇ ਆ, ਬੜੀ ਪਾਵਨ ਤੇ ਪਵਿੱਤਰ ਧਰਤੀ ਆ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਉਹਦੀ ਚਰਨ ਛੂਹ ਧਰਤੀ ਦੇ ਉੱਤੇ ਅੱਜ ਪਹੁੰਚੇ ਆ, ਔਰ ਬਹੁਤ ਵਧੀਆ ਖੇਡ ਮੇਲਾ ਵੀਰਾਂ ਨੇ ਕਰਵਾਇਆ ਆਪਣੇ ਨਗਰ ਦੇ ਵਿੱਚ। ਔਰ ਮੈਂ ਦੱਸ ਦੇਵਾਂ ਵੀ ਇਤਿਹਾਸ ਆ ਜਿਹੜਾ ਇਸ ਗੁਰਦੁਆਰੇ ਦਾ ਲਿਖਿਆ ਹੋਇਆ ਇਤਿਹਾਸ ਜਿਹੜਾ ਜ਼ਰੂਰ ਸਾਰੇ ਵੀਰਾਂ ਨੇ ਪੜ੍ਹਨਾ, ਹੈ ਨਾ, ਅਤੇ ਖੇਡ ਮੇਲਾ ਬਾਈਆਂ ਨੇ ਕਰਵਾਇਆ ਔਰ ਪ੍ਰਾਈਜ਼ ਵੀ ਬਹੁਤ ਵਧੀਆ, 41, 31, 11 ਔਰ ਚੱਲ ਰਿਹਾ ਖੇਡ ਮੇਲਾ, ਬਸ ਥੋੜ੍ਹੇ ਟਾਈਮ ਤੱਕ ਸ਼ੁਰੂ ਹੋਣ ਜਾ ਰਿਹਾ। ਕੌਡੀ ਦੇ ਵੀ ਸ਼ੋਅ ਮੈਂ ਜਿਹੜੇ ਦੇਖਣ ਨੂੰ ਮਿਲਣਗੇ ਇਸ ਟੂਰਨਾਮੈਂਟ ਦੇ ਉੱਤੇ, ਔਰ ਆਪ ਸਭ ਨੇ ਜ਼ਰੂਰ ਆਨੰਦ ਮਾਣਨਾ ਸਾਰੇ ਭਰਾਵਾਂ ਨੇ, ਗੱਲਬਾਤ ਐਂਡ ਲੱਗੂ। ਇੱਧਰ ਲੈ ਵਾਲੇ ਵੀਰ ਸੈਟਿੰਗ ਕਰ ਰਹੇ ਨੇ, ਹਾਂ ਬਾਈ ਬਾਈ ਹੋ ਗਈ ਸੈਟਿੰਗ ਪੂਰੀ ਆਪਣੀ, ਹੈ ਨਾ, 5 ਮਿੰਟ ਤੱਕ ਜਿਹੜੀ ਸੈਟਿੰਗ ਪਾਈਆਂ ਨੇ ਕਰ ਦੇਣੀਆਂ, ਟੀਮਾਂ ਜਿਹੜੀਆਂ ਪਹੁੰਚ ਰਹੀਆਂ ਨੇ ਭਰਾਵਾਂ ਦੇ ਖੇਡ ਮੇਲੇ ਦੇ ਮੱਲ ਮੋਰੀ ਦੇ ਤੇ। ਔਰ ਬਾਈ ਸਾਡੇ ਇੱਧਰ ਵਤਨ ਸਰਾਂ ਜੀ 25 ਸਾਲ ਬਾਅਦ ਜਿਹੜਾ ਪਿੰਡ ਵਾਪਸ ਪਰਤੇ ਆ ਵੀਰ, ਜਿਹੜੇ ਪ੍ਰਬੰਧਕ ਭਰਾ ਨੇ, ਔਰ ਇੱਧਰ ਵੀਰ ਬੈਠੇ ਆ ਸਾਰੇ, ਔਰ ਵਲੌਗ ਦੇ ਨਾਲ ਵੀਰੇ ਸਾਰੇ ਵੀਰਾਂ ਨੇ ਪਿਆਰ ਦੇਣਾ। ਲੈ ਵੀ ਵਤਨ ਬਾਈ ਕੋਈ ਮੈਸੇਜ ਦੇਣਾ ਹੋਵੇ ਵਧੀਆ? ਮੈਸੇਜ ਵਧੀਆ ਜੀ, ਬਾਕੀ ਆਪਣੇ ਕਮੈਂਟਰੀ ਵਾਲੇ ਬੰਦੇ ਇਹਨਾਂ ਨੇ ਵੀ ਵਧੀਆ ਵੱਟ ਕੱਢੇ ਪੂਰੇ, ਬਾਕੀ ਅੱਜ ਵੀ ਯੋਰ ਵਿਖਾਉਣਗੇ, ਠੀਕ ਹੈ ਆਪਣੇ। ਹਾਂਜੀ ਹਾਂ, ਬਹੁਤ ਬਹੁਤ ਧੰਨਵਾਦ ਮੱਲ ਮੋਰੀ, ਹਾਂ ਮੱਲ ਮੋਰੀ, ਹਾਂ ਜ਼ਿਲ੍ਹਾ ਤਰਨ ਤਾਰਨ ਭਰਾਵਾਂ ਦਾ। ਲੈ ਵੀ ਬਾਈ ਇੱਕ ਵਤਨ ਬਾਈ, ਚਲੋ ਤੁਸੀਂ ਵੀ ਆਪਣੇ ਟਾਈਮ ਦੇ ਵਿੱਚ ਖੇਡੇ ਹੋ, ਅਤੇ ਅੱਜ ਤੇ ਅੱਜ ਦੀ ਵਾਲੀਬਾਲ ਤੇ ਪਹਿਲੀ ਵਾਲੀਬਾਲ ਬਾਰੇ ਕੁਝ ਜੋ ਬਦਲਾਅ ਆਇਆ ਹੋਵੇ ਜਾਂ ਕੁਝ? ਬਦਲਾਅ ਪਹਿਲਾਂ ਇਹ ਸੀ ਕਿ ਪਹਿਲਾਂ ਸਾਨੂੰ ਕੋਈ ਸਮਾਨ ਜਾਂ ਕਿੱਦਾਂ ਕੋਈ ਫੈਸਿਲਿਟੀਆਂ ਹੈ ਨਹੀਂ, ਜਿਹੜਾ ਹੁਣ ਅੱਜ ਦਾ ਸਮਾਂ ਫੈਸਿਲਿਟੀਆਂ ਸਾਰੀਆਂ ਵਾ, ਹਾਂਜੀ, ਪਰ ਪਲੇਅਰ ਜਿਹੜੇ ਉਹ ਮੌਜੂਦ ਨਹੀਂ ਹੈਗੇ ਆ। ਹਾਂਜੀ ਹਾਂ, ਸਾਡੇ ਇਲਾਕੇ ਦੇ ਵਿੱਚ 10 ਟੀਮਾਂ ਸੀ ਪਹਿਲਾਂ, ਤੇ 10 ਦੇ ਵਿੱਚੋਂ ਹੁਣ ਇੱਕ ਟੀਮ ਰਹਿ ਗਈ ਸਾਡੇ ਪਿੰਡ ਦੀ, ਹਾਂਜੀ, ਸ਼ੇਖ ਚੱਕ ਬਹੁਤ ਵਧੀਆ ਟੀਮ, ਵਾਈ ਪੂਈ, ਕੱਲਾ, ਟੰਗ, ਲਾਲਪੁਰ, ਲਾਗੇ ਟੀਮਾਂ ਬਹੁਤ ਵਧੀਆ ਵਧੀਆ ਟੀਮਾਂ ਸੀ, ਤੇ ਹੁਣ ਟੀਮਾਂ ਸਿਰਫ ਸਾਡੇ ਪਿੰਡ ਦੀ ਰਹਿ ਗਈ, ਬਾਕੀ ਟੀਮਾਂ ਪਲੇਅਰ ਸਭ ਬਾਹਰ ਬੂਹਰ ਨਿਕਲ ਗਏ ਆ। ਹਾਂਜੀ ਹਾਂਜੀ, ਤੇ ਹੁਣ ਇਹ ਵਕਤ ਮੌਜੂਦਾ ਟੀਮ ਸਾਡੀ ਸਿਰਫ ਹੋਈ ਹੈ, ਤੇ ਬਾਕੀ ਹਾਂਜੀ ਟੂਰਨਾਮੈਂਟ ਕਰਾਓ ਆਪਣੇ, ਤੇ ਪਲੇਅਰ ਜਿਹੜੇ ਹੋਰ ਵਧੀਆ ਪੈਦਾ ਹੋਣ ਵਧੀਆ ਮੁੰਡੇ, ਸਪੋਰਟ ਕਰਿਆ ਕਰੋ ਜ਼ਰੂਰ ਸਾਰੇ।
हां जी हां बाकी जरूर जी अपने पिंडा दे विचों आपां ठाळो प्लेयर जिहड़े सीनियर बंदे ने पिंडा दे विच उह जरूर अपने बई नवें मुंडिआं नूं कोचिंग देण ते पिंडा दे विच दुआर तों जिहड़ी तरन तरन दी वालीबाल जिहड़ी सिखरां ते पहुंचे और परमात्मा अग्गे ही अरदास आ लो छोटे छोटे बच्चे तैयार त्यूर होए फिरदे आ अज पूरा रौला रप्पा पाउणगे बाकी जुड़े रहना ब्लॉग दे नाल सारे भरावां ने मिलदे आ जरूर जी बहुत वधिया गुरु जी का लंगर जिहड़ा प्रबंध वीर ने किया होया इस टूरनामेंट के उत्ते बाबा जी सेवा करवा रहे ने इधरों भुल्लर वाले आए ने सारे वीर अपने प्रशादा पानी छकते हुए सेवादार वीर का बहुत बहुत धन्यवाद जी सेवा करवा रहे ने इस टूरनामेंट के उत्ते और सारे वीर ने जरूर ब्लॉग नूं बैठना देखना ते शेयर जरूर करना वाहिगुरू जी का खालसा वाहिगुरू जी की फतेह लो जी मैच बहुत वधिया होण जा रहा एक पासे जगदेव कला की टीम आ वीर जिहड़े वधिया समय ते लै भी मन्ने वीर सारिया क्लबां नूं आपां दसीए भी समय सिर पहुंच सारिया क्लबां टाइम नाल पहुंचे हो राजगढ़ दे पिंड राजगढ़ ते आज बड़ा टाइम दा प्रबंध आ हां हां जरूर पहुंचे होवे हां हां ते वधिया खेड मेला आपां भी करवाया ते अज दे व्लॉग दे नाल बाईआं ने पहली सद्दे ला दित्ते आ 28 फरवरी हां जरूर पहुंचे लै भी जैसे तू भी कह दे इक बार चारे टीमां जिहड़ियां आपां सद्दियां ने 11 बजे जिहड़ियां हर एक सारिया टीमां पहुंच जाण और इधर टीम जिहड़ी तरन तार तो सत्ते भाई उहनां दी आ और कीर्त वर्गे मुंडे आए है बहुत वधिया मैच जिहड़ा देखण नूं मिलेगा भुल्लर ते इस समय जगदेव कलां दा आप सब ने जरूर आनंद माणना बई मैच जिहड़ा हुण होण लग्गिया टीमां दे दरमियान और भी साडे चल के आया लै भी मन्नू भी आया अज दे मेले उत्ते भी मन्नू ਕਿੱਦਾਂ ਦਾ ਲੱਗ ਰਿਹਾ ਟੂਰਨਾਮੈਂਟ ਤੇ ਬਹੁਤ ਵਧੀਆ ਭਾਈ ਬਹੁਤ ਵਧੀਆ ਪ੍ਰਬੰਧ ਆ ਬਹੁਤ ਵਧੀਆ ਹਾਂ ਤੇਰੇ ਏਰੀਆ ਦਾ ਖੇਡ ਮੇਲਾ ਅੱਜ ਪਾਏਗਾ ਧੱਕ ਫਿਰ ਪੂਰੀ ਬੰਨਿਆ ਬਣੀ ਨਿਕਾਲੇ ਮਨੂੰ ਅੱਜ ਬਈ ਕਹਿ ਦੀ ਵੀ ਮਹੀਨੇ ਡੇਢ ਮਹੀਨੇ ਮਗਰ ਕਿਉਂਕਿ ਸਾਡੀ ਸਿਸਟਰ ਦੀ ਮੈਰਿਜ ਸੀਗੀ ਉਹਦੇ ਕਰਕੇ ਨਹੀਂ ਟੂਰਨਾਮੈਂਟਾਂ ਤੇ ਖੇਡ ਸਕਿਆ ਪਰ ਅੱਜ ਜਿਹੜਾ ਭਰਾ ਆ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਮੇਰੇ ਵਲੌਗ ਦੇ ਨਾਲ ਜੁੜੇ ਹੋਏ ਆਲੇ ਵੀ ਮੈਨੂੰ ਕਹਿ ਸਬਸਕ੍ਰਾਈਬ ਕਰਨਾ ਵੱਧ ਸ਼ੇਅਰ ਕਰੋ ਭਰਾ ਨੂੰ ਹਾਂ ਧੰਨਵਾਦ ਵੀਰੇ ਲੈ ਵੀ ਮੁਨਸ਼ੀ ਜੀ ਇੱਧਰ ਮੁਨਸ਼ੀ ਤੁਸੀਂ ਵੀ ਕੋਈ ਕਹਿਣਾ ਚਾਹੁੰਦੇ ਹੋ आप सब ने जरूर आनंद लेना और गल्लां बातां एंड हो गई बहुत वधिया सेवा पानी वीर कर रहे ने खिडारियों दा और तर तर दी टीम है एक पासे और दर्शक वीर का ठाठा मारदा है कट्ठ है दूसरे पासे टीम जिहड़ी डैमगंज दी खेड रही है और बड़ा वधिया मुकाबला जिहड़ा खेडिया जा रहा है और शब्बा बाई आया होया कनेडा तो और मेरे वीर आनंद माण रहे ने आदे खेड वीर दा आप भी बहुत तगड़ी वालीबाल खेडी है वीर इधर मेरे वीर बतन होनी बतन प्रीत होनी और सारे भरा ने इसे नगर के बहुत बहुत धन्यवाद आ भरावां दा वधिया मुकाबले जिहड़े खेडे जा रहे ने ਲਓ ਸਰਵਿਸ ਫੇਰ ਕਰਵਾ ਦਿੰਦੀ ਹੈ ਖਿਡਾਰੀ ਨੇ ਤੇ ਇਧਰ ਨੂੰ ਪਾ ਦੇ ਲੈ ਵੀ ਕੈਮਰਾਮੈਨ ਹੋਈ ਸਾਈਡ ਤੇ ਪਿੰਜੀ ਦੀਆਂ ਬਾਜੀਆਂ ਦੇਖੋ ਇੱਕ ਮਾਰੋ ਤਾੜੀ ਖਿਡਾਰੀ ਦੇ ਨਾਂ ਦੇ ਉੱਤੇ ਜ਼ੋਰਦਾਰ ਹਾਂ ਇੱਥੇ ਰੱਖ ਇਹ ਤੇਜੀ ਆ ਔਰ ਤਾੜੀਆਂ ਮਾਰ ਦੋ ਸਾਡੇ ਭਰਾ ਦੇ ਨਾਂ ਦੇ ਉੱਤੇ ਬਹੁਤ ਵਧੀਆ ਖਿਡਾਰੀ ਔਰ ਬਹੁਤ ਵਧੀਆ ਇਨਸਾਨ ਆ ਬਾਜੀਆਂ ਵੀ ਬਹੁਤ ਵਧੀਆ ਪਾਉਂਦਾ ਸਾਡਾ ਵੀਰ ਔਰ ਦਿਲੋਂ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੇ ਖਿਡਾਰੀ ਆਉਂਦੇ ਆ ਇਹ ਵੀ ਤੇਜੀ ਜੁਗ ਜੁਗ ਜੀ ਨੌਜਵਾਨ ਆ ਲਓ ਜੀ ਟੀਮ ਆਈ ਆ ਝਵਾਲ ਦੀ ਸ਼ਰਮਾ ਜੀ ਅੱਜ ਬਾਹਰੋਂ ਖੇਡ ਰਹੇ ਨੇ ਸ਼ਰਮਾ ਜੀ ਅੱਜ ਆਏ ਹੋ ਕਾਫੀ ਟਾਈਮ ਮਗਰੋਂ ਹੈ ਗੱਲਬਾਤ ਲਾਉਂਗੇ ਟਿਕਾਣੇ ਗਗਨ ਜੀ ਇੱਧਰ ਆ ਸਟਾਈਲਿਸ਼ ਪਲੇਅਰ ਮੋਹਿਤ ਜੀ ਆਏ ਨੇ ਰੋਹਿਤ ਕਿਵੇਂ ਲੱਗ ਰਿਹਾ ਤੈਨੂੰ ਅੱਖਾਂ ਤਾਂ ਖੋਲ ਲਾ ਇੱਧਰ ਸਾਇਮਨ ਜੀ ਨੇ ਔਰ ਵਧੀਆ ਮੈਚ ਜਿਹੜਾ ਲੱਗੂਗਾ ਬਾਈ ਦੂਜੇ ਪਾਸੇ ਅੰਬਰਸਰ ਦੀ ਟੀਮ ਆ ਨਾਮ ਧਾਰੀ ਵਰਗੇ ਝਵਾਲ ਵਾਲੇ ਮੁੰਡੇ ਆ ਨਵੀਂ ਏਜ ਦੇ ਆ ਔਰ ਇੱਧਰੋਂ ਟਿਕਟੋਕ ਸਟਾਰ ਜੀ ਟਿਕਟੋਕ ਸਟਾਰ ਜਿਹੜੇ ਅੱਜ ਆਏ ਹੋਏ ਨੇ ਹੁਣ ਥੋੜ੍ਹਾ ਜਿਹਾ ਇੰਸਟਾਗ੍ਰਾਮ ਦੇ ਉੱਤੇ ਜ਼ੋਰ ਦੇ ਰਹੇ ਨੇ ਤੇਜਵੀਰ ਜੀ ਔਰ ਮੈਚ ਵਧੀਆ ਵਾ ਪੂਰਾ ਐਨ ਗੱਲਬਾਤ ਐਂਡ ਲੱਗੂਗੀ
ਇਸ ਸਮੇਂ ਝਬਾਲ ਤੇ ਦੂਸਰੇ ਪਾਸੇ ਟੀਮ ਜਿਹੜੀ ਡੈਨਗਾਜਰੀ ਪਹਿਲਾ ਸੈਮੀ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਲੈਂਦੀ ਹੋਈ ਚੱਲਦੇ ਮੁਕਾਬਲੇ ਦਾ ਵਾਹ ਉਹ ਨੌਜਵਾਨਾਂ ਮੋੜ 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 ਹੁਣ ਕਿੱਦਾਂ ਦੀ ਗੱਲ ਬਣਨੀ ਹੈ ਸਾਹਮਣੇ ਰੈਫਰੀ ਵੀਰਾਂ ਦੀ ਵਿਸਲ ਪੁਆਇੰਟ ਜਿਹੜਾ ਝਬਾਲ ਦੀ ਟੀਮ ਦਾ ਮੇਰੇ ਪੰਜਾਬੀ ਵੀਰੋ ਦੂਸਰਾ ਸੈਮੀ ਲੱਗਿਆ ਹੋਇਆ ਮਲਮੁਰੀ ਦੇ ਜਗਦੇਵ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਕਿਹੜੀ ਟੀਮ ਜਿੱਤੇਗੀ ਸਮਾਂ ਦੱਸੂਗਾ ਵਾਹ ਉਹ ਖੱਬਿਆ ਕਮਾਲ ਕਰ ਦਿੱਤੀ ਹੈ ਟੱਪਿਆਂ ਕਮਾਲ ਦੇ ਫੁਹਾਰਿਆਂ ਮੰਨੇ ਵਰਗੇ ਖਿਡਾਰੀ ਅੱਜ ਸਿਰੀ ਦੀ ਖੇਡ ਦਿਖਾ ਰਿਹਾ ਦੂਸਰੇ ਪਾਸੇ ਦਪਿੰਦਰ ਵਰਗੇ ਬਿਗ ਫਾਈਨਲ ਕਹਿੰਦੇ ਮਲਮੁਰੀ ਦੇ ਖੇਡ ਮੇਲੇ ਦਾ ਖੇਡਿਆ ਜਾ ਰਿਹਾ ਹੈ ਜਗਦੇਵ ਕਲਾਂ ਦੇ ਝਬਾਲ ਦੀਆਂ ਟੀਮਾਂ ਦੇ ਦਰਮਿਆਨ ਸਵਾਦ ਵੱਜਿਆ ਹੋਇਆ ਮੇਰੇ ਵੀਰੋ ਫਾਈਨਲ ਮੈਚ ਦਾ ਔਰ ਦੁਨੀਆ ਆਨੰਦ ਲੈਂਦੇ ਸੀ 16-21 ਪੁਆਇੰਟ ਨੇ ਮੇਰੇ ਵੀਰੋ ਚੱਲਦੇ ਮੈਚ ਦੇ ਪੰਜ ਅੰਕਾਂ ਦੀ ਖੇਡ ਦੇ ਨਾਲ ਚੱਲ ਰਿਹਾ ਮੁਕਾਬਲਾ 41,000 ਤੇ 31,000 ਕੌਣ ਜਿੱਤੇਗਾ ਸਮਾਂ ਦੱਸੂਗਾ ਬਾਓ ਸੈਵਨ ਸਿਆ ਨਹੀਂ ਉਰੀਸਾ ਨੌਜਵਾਨਾਂ ਤੇਰੀਆਂ ਬਹੁਤ ਵਧੀਆ ਖੇਡ ਜਿਹੜਾ ਮੁੰਡਾ ਦਿਖਾ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਮਲਮੁਰੀ ਦੇ ਖੇਡ ਮੇਲੇ ਦਾ ਬਹੁਤ ਵਧੀਆ ਟੂਰਨਾਮੈਂਟ ਵੀਰਾਂ ਨੇ ਕਰਵਾਇਆ ਮੇਰੇ ਨਾਲ ਭਰਾ ਬੈਠਾ ਹਰਪ੍ਰੀਤ ਆਸਟ੍ਰੇਲੀਆ ਹਰਪ੍ਰੀਤ ਜੀ ਕਿੱਦਾਂ ਲੱਗ ਰਿਹਾ ਵੀਰੇ ਬਹੁਤ ਵਧੀਆ ਲੱਗ ਰਿਹਾ ਵੀਰੇ ਬਹੁਤ ਵਧੀਆ ਇੰਜੋਏ ਕਰ ਰਿਹਾ ਥੋੜੀ ਠੰਡ ਵੀ ਹੋ ਗਈ ਹੁਣ ਪਰ ਫਿਰ ਵੀ ਬਹੁਤ ਗਰਮ ਫਾਈਨਲ ਬਹੁਤ ਟਾਈਮ ਨਾਲ ਜੇ ਤਕਰੀਬਨ 7 ਵਜੇ ਦਾ ਜਿਹੜਾ 7:30 ਵਜੇ ਦਾ ਸਮਾਂ ਫਾਈਨਲ ਬਾਈਆਂ ਨੇ ਟਾਈਮ ਨਾਲ ਕਰਵਾ ਦਿੱਤਾ ਔਰ ਬਾਈ ਦਾ ਇੱਕ ਬਹੁਤ ਧੰਨਵਾਦ ਹੈ ਕਿਉਂਕਿ ਹਰ ਇੱਕ ਖਿਡਾਰੀ ਦਾ ਬਾਈ ਨੇ ਜਿਹੜਾ ਦਿਲੋਂ ਮਾਣ ਤਾਣ ਕੀਤਾ ਵਾਹਿਗੁਰੂ ਸਾਡੇ ਵੀਰ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਵੀਰਾਂ ਨੇ ਬਹੁਤ ਬਾਈ ਵਧੀਆ ਖੇਡ ਮੇਲਾ ਕਰਵਾਇਆ ਆਪਣੇ ਪਿੰਡ ਦੇ ਵਿੱਚ ਨਾਲ ਮੇਰੇ ਮੋਹੀ ਦੀ ਸਕੋਰ ਬੋਰਡ ਤੇ ਸੇਵਾ ਦੇ ਰਹੇ ਨੇ ਔਰ ਪਿਆਰ ਨਾਲ ਬੁੱਲੜ ਬੁੱਲੜ ਕਹਿੰਦੇ ਆ ਭਰਾ ਨੂੰ ਔਰ ਬਹੁਤ ਬਹੁਤ ਧੰਨਵਾਦ ਔਰ ਸਾਡੇ ਵੀਰ ਆਏ ਹੋਏ ਆ ਔਰ ਆਨੰਦ ਜਿਹੜਾ ਪੂਰਾ ਵੱਜਿਆ ਹੋਇਆ ਦੇ ਖੇਡ ਵਿੱਚ ਮੁਬਾਰਕਾਂ ਦੋਨੋਂ ਟੀਮਾਂ ਨੂੰ ਝਬਾਲ ਜਿਹੜੀ ਸੈੱਟ ਰਹੀ ਹੈ ਔਰ ਜਗਦੇਵ ਕਲਾਂ ਦੀ ਜਿਹੜੀ ਟੀਮ ਮੇਰੀ ਵੀਰੋ ਉਹ ਫਾਸਟ ਰਹੀ ਹੈ ਦੋਨੋਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਦਾ ਖੇਡ ਮੇਲਾ ਜਿਹੜਾ ਸਮਾਪਤ ਆ ਲੈਣ ਵਾਲੇ ਬਾਈਆਂ ਦਾ ਧੰਨਵਾਦ ਔਰ ਬਲੌਗ ਜਿਹੜਾ ਸਾਰੇ ਵੀਰਾਂ ਨੇ ਮਿੰਟੂ ਰਾਜਗੜ੍ਹਾ ਰਾਜਗੜ੍ਹੀਆ ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਕਰਨਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਲਾ ਮਲਮੁਰੀ ਦਾ ਸਮਾਪਤ ਆ ਔਰ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਟੂਰਨਾਮੈਂਟ ਦੀਆਂ।